ਨਹੀਂ ਪੋਲੀਟਿਕਸ ਹੈਗੀ ਹੈ ਫੋਰ ਸ਼ੋਰ ਹੈਗੀ ਹੈ, ਗਰੁੱਪਿਜ਼ਮ ਹੈਗਾ, ਸਾਰਿਆਂ ਦਾ ਆਪਣਾ ਆਪਣਾ ਗਰੁੱਪ ਬਣਿਆ ਹੋਇਆ ਐਂਡ ਆਈ ਐਮ ਵੈਰੀ ਓਪਨ, ਜਿੰਨੇ ਕੰਮ ਕਰਨਾ ਮੇਰੇ ਨਾਲ ਕਰੇ, ਜਿੰਨੇ ਨਹੀਂ ਕਰਨਾ ਕੋਈ ਚੱਕਰ ਨਹੀਂ। ਸ਼ੁਰੂ ਸ਼ੁਰੂ 'ਚ ਨਾ ਤੁਸੀਂ ਨਵੇਂ ਨਵੇਂ ਹੁੰਦੇ, ਤੁਹਾਨੂੰ ਡਰ ਲੱਗਦਾ ਕਿ ਹਾਏ ਮੈਂ ਜੇ ਇਹਦੇ ਬਾਰੇ ਕਹਿਤਾ ਤਾਂ ਇਹਨੇ ਮੈਨੂੰ ਕੰਮ ਨਹੀਂ ਦੇਣਾ, ਹੈ ਨਾ। ਜੇ ਤੁਸੀਂ ਇਹਦੇ ਬਾਰੇ ਸੱਚ ਕਹਿਤਾ ਕਿ ਆ ਡਾਇਰੈਕਟਰ ਜਾਂ ਰਾਈਟਰ ਜਾਂ ਪ੍ਰੋਡਿਊਸਰ ਜਾਂ ਮੇਰੇ ਇੱਥੇ ਐਕਸਪੀਰੀਅੰਸ ਚੰਗਾ ਨਹੀਂ ਆ, ਉਹਨਾਂ ਲੋਕ ਸਾਰੇ ਨਹੀਂ ਡਾਈਜਸਟ ਕਰ ਪਾਉਂਦੇ। ਇੱਥੇ ਈਗੋ ਇਸ਼ੂਜ਼ ਬਹੁਤ ਹੈਗੇ ਇੰਡਸਟਰੀ 'ਚ। ਹਰ ਇੱਕ ਇਨਸਾਨ ਨਾ ਜ਼ਿੰਦਗੀ 'ਚ ਬਹੁਤ ਹਾਰਡਵਰਕ ਕਰਦਾ, ਹਰ ਇੱਕ ਇਨਸਾਨ, ਬਟ ਜਿਹੜਾ ਆਰਟਿਸਟ ਹੁੰਦਾ ਨਾ ਉਹਦੀ ਜ਼ਿੰਦਗੀ 'ਚ ਹਾਰਡਵਰਕ ਕੁਝ ਜ਼ਿਆਦਾ ਹੁੰਦਾ। ਉਹ ਇਸ ਕਰਕੇ ਹੁੰਦਾ ਕਿ ਉਹਨੂੰ ਕੁਛ ਨਹੀਂ ਪਤਾ ਕਿ ਉਹ ਕਦੋਂ ਉਹਦੀ ਮਿਹਨਤ ਬੋਲੇਗੀ। ਹੋ ਸਕਦਾ 2 ਸਾਲ ਬਾਅਦ ਬੋਲ ਪਵੇ, ਹੋ ਸਕਦਾ 3 ਬਾਅਦ, ਹੋ ਸਕਦਾ 30 ਬਾਅਦ ਬੋਲੇ, ਹੈ ਨਾ। ਕਈ ਲੋਕ ਜਵਾਨ ਤੋਂ ਬਜ਼ੁਰਗ ਹੋ ਜਾਂਦੇ ਆ ਅਤੇ ਕਲਾ ਉਸ ਟਾਈਮ 'ਚ ਜਾ ਕੇ ਕਿਤੇ ਨਾ ਕਿਤੇ ਉਹਨੂੰ ਇਰਾਦਾ, ਬੇਸ਼ੱਕ ਉਹਦਾ ਰੀਜ਼ਨ ਤੁਸੀਂ ਚੰਗੀ ਸਕ੍ਰਿਪਟ ਕਹਿ ਲਓ, ਚੰਗਾ ਕੰਟੈਂਟ ਕਹਿ ਲਓ, ਉਸ ਟਾਈਮ ਜਾ ਕੇ ਮਿਲਦਾ ਆ। ਬਟ ਇਹ ਫਿਲਮ ਦੀ ਐਪਰੀਸੀਏਸ਼ਨ ਈਸ਼ਾ, ਮੈਨੂੰ ਐਂ ਲੱਗਦਾ ਕਿ ਜਦੋਂ ਤਨਵੀਰ ਵੀਰ ਅਤੇ ਈਸ਼ਾ ਦੀ ਜਦੋਂ ਐਂਟਰੀ ਹੋਈ ਸੀਗੀ ਤਾਂ ਆਪਾਂ ਜਿਵੇਂ ਥੀਏਟਰ 'ਚ ਫੀਲ ਕਰ ਪਾ ਰਹੇ ਸੀਗੇ, ਮੈਨੂੰ ਚਲੋ ਕੁੜੀਆਂ ਨੇ ਕੂਕਾਂ ਦਾ ਵੱਜਦੀਆਂ ਵੱਜਦੀਆਂ, ਪਰ ਚਲੋ ਮੁੰਡੇ ਦੇ ਵੱਜਦੇ, ਫਿਰ ਮੈਨੂੰ ਪਤਾ ਲੱਗਿਆ ਕਿ ਚਲੋ ਕੂਕਾਂ ਦਾ ਜਾਇਜ਼ ਨੇ, ਲੋਇਲਟੀ ਆ ਕੂਕਾਂ ਵਿੱਚ। ਐਂਡ ਇਹ ਜਦੋਂ ਪਿਆਰ ਅਤੇ ਮੁਹੱਬਤ ਤੁਹਾਡੇ ਸਪੈਸ਼ਲੀ ਕਰੈਕਟਰਸ ਨੂੰ ਮਿਲਦੀ ਹੈ, ਤੁਹਾਨੂੰ ਕਿੰਨਾ ਕੁ ਪੁਸ਼ ਫੀਲ ਹੁੰਦਾ ਹੈ ਕਿ ਹੋਰ ਜ਼ਿੰਦਗੀ 'ਚ ਹੋਰ ਜ਼ਿਆਦਾ ਮਿਹਨਤ ਕਰੀਏ? ਮਿਹਨਤ ਤਾਂ ਦੇਖੋ ਜਦੋਂ ਜਿਸ ਕੰਮ 'ਚ ਆਪਾਂ ਪਏ ਹਾਂ, ਸਭ ਤੋਂ ਵੱਡੀ ਗੱਲ ਆ ਕਿ ਇਹੋ ਜਿਹਾ ਮੌਕਾ ਮਿਲਣਾ ਬਹੁਤ ਵੱਡੀ ਗੱਲ ਆ। ਲੋਕ ਬਹੁਤ ਸਟਰਗਲ ਕਰ ਰਹੇ ਆ। ਜੇ ਮੈਂ ਵੈਸੇ ਕਹਾਂ ਕਿ ਅੱਛਾ ਠੀਕ ਹੈ ਤੁਹਾਨੂੰ ਫਿਲਮ ਮਿਲ ਗਈ, 1 ਕਰ ਲਈ, 2 ਕਰ ਲਈ, 3 ਕਰ ਲਈਆਂ, ਬਟ ਉਹਨੂੰ ਸਸਟੇਨ ਕਰਨਾ, ਉਹਦੇ 'ਚ ਕੰਸਿਸਟੈਂਟ ਰਹਿਣਾ, ਉਹ ਤੁਹਾਨੂੰ ਪੁਸ਼ ਮਿਲਦਾ ਰਹਿੰਦਾ। ਕਦੀ ਤੁਹਾਡਾ ਮੋਰਾਲ ਬੜਾ ਹਾਈ ਹੋ ਜਾਂਦਾ, ਕਦੀ ਬਹੁਤ ਡਾਊਨ ਹੋ ਜਾਂਦਾ, ਪਰ ਇਹ ਫਾਈਟ ਆ ਜਿਹੜੀ ਆਪਾਂ ਲੜਦੇ ਰਹਿੰਦੇ ਹਾਂ। ਪੁਸ਼ ਡੈਫੀਨੇਟਲੀ ਮਿਲਦਾ ਹੈ ਜਦੋਂ ਅਪਰੀਸ਼ੀਏਟ ਕੀਤਾ ਜਾਂਦਾ, ਜਦੋਂ ਲੋਕ ਕਹਿੰਦੇ ਆ ਕਿ ਹੈ ਨਾ ਮਜ਼ਾ ਆ ਗਿਆ ਤੁਹਾਨੂੰ ਦੇਖ ਕੇ, ਤੁਸੀਂ ਸੋਹਣੇ ਲੱਗ ਰਹੇ ਸੀ ਜਾਂ ਤੁਸੀਂ ਕੰਮ ਸੋਹਣਾ ਕੀਤਾ, ਬਹੁਤ ਖੁਸ਼ੀ ਹੁੰਦੀ ਹੈ। ਬਟ ਮੈਨੂੰ ਆਹੀ ਲੱਗਦਾ ਕਿ ਆ ਨਾ ਭਾਵੇਂ ਹਿੱਟ ਭਾਵੇਂ ਫਲੋਪ ਆ ਲੱਗਿਆ ਰਹਿੰਦਾ, ਪਰ ਕੰਸਿਸ ਤੁਸੀਂ ਰੈਗੂਲਰ ਤੁਸੀਂ ਕਰੀ ਜਾ ਰਹੇ ਹੋ, ਕਰੀ ਜਾ ਰਹੇ ਹੋ, ਕਰੀ ਜਾ ਰਹੇ ਹੋ। ਆ ਬਹੁਤ ਹਿੰਮਤ ਦਾ ਕੰਮ ਹੈ ਜਿਹੜੇ ਵੀ ਆਰਟਿਸਟ ਕਰ ਰਹੇ ਆ। ਮੈਂ ਆਪਣੀ ਗੱਲ ਨਹੀਂ ਕਰੂੰਗੀ ਮੈਂ, ਕਿਉਂਕਿ ਮੈਨੂੰ ਲੱਗਦਾ ਕਿ ਪਤਾ ਨਹੀਂ ਸਟਰਗਲ ਚੱਲ ਰਿਹਾ, ਸਟਰਗਲ ਆ, ਇਟਸ ਨੋਟ ਈਜ਼ੀ, ਇਟਸ ਨੋਟ ਈਜ਼ੀ, ਸਟਿਲ ਨੋਟ ਈਜ਼ੀ, ਬਿਕੋਜ਼ ਜਿਹੋ ਜਿਹੇ ਇੰਡਸਟਰੀ 'ਚ ਆਪਾਂ ਹੈਗੇ ਹਾਂ, ਪੰਜਾਬੀ ਫਿਲਮਾਂ ਚੰਗੀਆਂ ਵੀ ਬਣ ਰਹੀਆਂ, ਬਟ ਚੰਗੀਆਂ ਫਿਲਮਾਂ ਨੂੰ ਤਾਂ ਥੋੜ੍ਹੀ ਜਿਹੀ ਪੋਲੀਟਿਕਸ ਆਪਣੀ ਇੰਡਸਟਰੀ 'ਚ ਵੀ ਹੈਗੀ ਹੈ, ਮਤਲਬ ਸਾਡੇ ਨਾਲ ਹੋ ਰਹੀ ਹੈ। ਅਤੇ ਬਟ ਮੈਂ ਤਾਂ ਵੈਸੇ ਵੀ ਸ਼ੁਰੂ ਤੋਂ ਲੈ ਕੇ ਬਹੁਤ ਵੋਕਲ ਹਾਂ ਚੀਜ਼ਾਂ ਨੂੰ ਲੈ ਕੇ। ਲੱਗਦਾ ਕਿ ਈਸ਼ਾ ਨੂੰ ਬਹੁਤ ਟਾਈਮ ਤੋਂ ਅਸੀਂ ਜਾਣਦੇ ਹਾਂ, ਕਿਉਂਕਿ ਗਾਣਿਆਂ 'ਚੋਂ ਫਿਲਮਾਂ 'ਚੋਂ ਉੱਠੇ ਹੋਏ ਹੋ ਤੁਸੀਂ ਬਹੁਤ ਟਾਈਮ ਤੋਂ। ਮੈਨੂੰ ਐਂ ਲੱਗਦਾ ਕਿ ਤੁਹਾਡੇ ਬਾਅਦ ਜੋ ਲੋਕ ਆਏ ਨੇ ਉਹ ਇਸ ਟਾਈਮ ਬਹੁਤ ਜ਼ਿਆਦਾ ਉੱਪਰ ਜਾ ਚੁੱਕੇ ਨੇ। ਐਂਡ ਜਦੋਂ ਯੂ ਨੋ ਜਦੋਂ ਅਸੀਂ ਪੁਰਾਣੇ ਟਾਈਮ 'ਚ ਲੱਗੇ ਹੁੰਦੇ ਹਾਂ, ਤੁਸੀਂ ਮੇਰੇ ਖਿਆਲ ਤੋਂ ਅਗਰੀ ਕਰੋਗੇ ਕਿ ਜਦੋਂ ਪਤਾ ਲੱਗਦਾ ਨਾ ਕਿ ਯਾਰ ਸਾਨੂੰ 10 ਸਾਲ ਹੋ ਗਏ ਵੀ ਸਾਨੂੰ ਉਹ ਮੁਕਾਮ ਨਹੀਂ ਮਿਲਿਆ, ਕਿ ਜਿੱਥੇ ਜਿਹੜੇ ਸਾਡੇ ਤੋਂ 10 ਸਾਲ ਤੋਂ ਬਾਅਦ ਆਏ ਨੇ ਲੋਕ ਉਹਨਾਂ ਨੂੰ ਮਿਲ ਗਿਆ, ਤਾਂ ਕਿਤੇ ਨਾ ਕਿਤੇ ਜਦੋਂ ਰਾਤੀ ਇਕੱਲੇ ਹੁੰਦੇ ਆ ਨਾ, ਇਕੱਲੇ ਹੁੰਦੇ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਤੰਗ ਕਰਦੇ ਨੇ ਚੀਜ਼ਾਂ ਨਾ, ਡਿਸਟਰਬ ਕਰਦੀਆਂ ਨੇ ਕਿ ਯਾਰ ਹੋ ਕੀ ਰਿਹਾ। ਈਸ਼ਾ ਤੁਸੀਂ ਇਸ ਫੇਸ 'ਚੋਂ ਨਿਕਲੇ ਹੋ, ਮੈਨੂੰ ਲੱਗਦਾ। ਮੈਂ ਨਹੀਂ, ਮੈਂ ਐਕਚੁਲੀ ਮੈਨੂੰ ਇੰਡਸਟਰੀ ਦਾ ਕਦੀ ਉਸ ਮਾਮਲੇ 'ਤੇ ਨਹੀਂ ਲੱਗਿਆ ਕਿ ਮੇਰੇ ਤੋਂ ਬਾਅਦ ਜੋ ਆਏ ਆ ਉਹ ਵਧੀਆ ਕੰਮ ਕਰ ਗਏ ਜਾਂ ਮੇਰੇ ਤੋਂ ਪਹਿਲਾਂ ਵਾਲੇ ਜਾਂ ਮੇਰੇ ਮੇ ਬੀ ਮੇਰੇ ਨਾਲ ਕੁੜੀਆਂ ਪੋਲੀਟਿਕਸ ਦੀ ਗੱਲ ਕੀਤੀ, ਮੈਨੂੰ ਐਂ ਲੱਗਦਾ। ਹਾਂ ਨਹੀਂ, ਪੋਲੀਟਿਕਸ ਹੈਗੀ ਹੈ ਫੋਰ ਸ਼ੋਰ ਹੈਗੀ ਹੈ, ਗਰੁੱਪਿਜ਼ਮ ਹੈਗਾ, ਸਾਰਿਆਂ ਦਾ ਆਪਣਾ ਆਪਣਾ ਗਰੁੱਪ ਬਣਿਆ ਹੋਇਆ ਐਂਡ ਆਈ ਐਮ ਵੈਰੀ ਓਪਨ, ਜਿੰਨੇ ਕੰਮ ਕਰਨਾ ਮੇਰੇ ਨਾਲ ਕਰੇ, ਜਿੰਨੇ ਨਹੀਂ ਕਰਨਾ ਕੋਈ ਚੱਕਰ ਨਹੀਂ, ਲੇਕਿਨ ਐਟਲੀਸਟ ਮੈਂ ਜਿਹੜੇ ਕੰਮ 'ਚ ਆਊਂਗੀ ਚੰਗੇ ਤਰੀਕੇ ਨਾਲ ਆਊਂਗੀ। ਆ ਵੀ ਮੈਂ ਜੇ ਫਿਲਮ ਦਾ ਪਾਰਟ ਬਣ ਰਹੀ ਹਾਂ, ਇਟਸ ਨੋਟ ਈਜ਼ੀ ਬਿਕੋਜ਼ ਆਈ ਐਮ ਨੋਟ ਪਾਰਟ ਆਫ ਐਨੀ ਗਰੁੱਪ, ਫਿਰ ਵੀ ਮੈਂ ਹਾਲੇ ਕਰ ਰਹੀ ਹਾਂ ਫਿਲਮਾਂ ਵਿੱਚ। 3 ਸਾਲ ਮੇਰਾ ਬ੍ਰੇਕ ਸੀਗਾ, ਕੁਛ ਕੋਵਿਡ ਕਰਕੇ ਹੋ ਗਿਆ, ਕੁਛ ਮੈਂ ਆਪਣਾ ਮਾਇੰਡ ਸੈੱਟ ਕਰ ਲਿਆ ਯਾਰ ਮੈਂ ਨਹੀਂ ਫਿਲਮਾਂ ਕਰਨੀਆਂ, ਇਹੋ ਜਿਹੀਆਂ ਫਿਲਮਾਂ ਕਰ ਕਰ ਮੈਂ ਥੱਕ ਗਈ ਹਾਂ, ਕਿਉਂਕਿ ਮੈਂ ਜਿਹੋ ਜਿਹਾ ਕੰਮ ਕਰਨਾ ਚਾਹੁੰਦੀ ਉਹ ਮੈਨੂੰ ਮਿਲ ਨਹੀਂ ਰਿਹਾ, ਅਤੇ ਜਿਹੋ ਜਿਹਾ ਕੰਮ ਮੈਨੂੰ ਮਿਲ ਰਿਹਾ ਉਹ ਮੈਂ ਕਰਨਾ ਨਹੀਂ ਚਾਹੁੰਦੀ। ਝੂਠ ਮੈਂ, ਕਿਉਂਕਿ ਸ਼ੁਰੂ ਸ਼ੁਰੂ 'ਚ ਨਾ ਤੁਸੀਂ ਨਵੇਂ ਨਵੇਂ ਹੁੰਦੇ, ਤੁਹਾਨੂੰ ਡਰ ਲੱਗਦਾ ਕਿ ਹਾਏ ਮੈਂ ਜੇ ਇਹਦੇ ਬਾਰੇ ਕਹਿਤਾ ਤਾਂ ਇਹਨੇ ਮੈਨੂੰ ਕੰਮ ਨਹੀਂ ਦੇਣਾ, ਹੈ ਨਾ।
ਜੇ ਤੁਸੀਂ ਇਹਦੇ ਬਾਰੇ ਸੱਚ ਕਹਿ ਤਾ ਕਿ ਆਹ ਡਾਇਰੈਕਟਰ ਜਾਂ ਰਾਈਟਰ ਜਾਂ ਪ੍ਰੋਡਿਊਸਰ ਜਾਂ ਮੇਰੇ ਇੱਥੇ ਐਕਸਪੀਰੀਅੰਸ ਚੰਗਾ ਨਹੀਂ ਆ, ਉਹਨਾਂ ਲੋਕ ਸਾਰੇ ਨਹੀਂ ਡਾਈਜਸਟ ਕਰ ਪਾਉਂਦੇ। ਇੱਥੇ ਈਗੋ ਇਸ਼ੂਜ ਬਹੁਤ ਹੈਗੇ ਇੰਡਸਟਰੀ 'ਚ, ਬਹੁਤ ਈਗੋ ਇਸ਼ੂਜ ਹੈਗੇ ਆ। ਬਟ ਆਈ ਫੀਲ ਜੇ ਮੈਂ ਅੱਜ ਤੱਕ ਵੀ ਕੰਮ ਕਰ ਰਹੀ ਹਾਂ, ਭਾਵੇਂ ਉਹ ਕਿਸੇ ਵੀ ਬੇਸਿਸ 'ਤੇ ਹੋਏ, ਭਾਵੇਂ ਉਹ ਸ਼ਕਲ, ਭਾਵੇਂ ਨੇਚਰ, ਭਾਵੇਂ ਜੋ ਮਰਜ਼ੀ, ਮੈਨੂੰ ਆਹ ਲੱਗਦਾ ਕਿ ਮੈਂ ਇਸ ਲਈ ਬਹੁਤ ਗ੍ਰੇਟਫੁਲ ਹਾਂ ਕਿ ਰੱਬ ਮੈਨੂੰ ਹਾਲੇ ਤੱਕ ਸਪੋਰਟ, ਰੱਬ ਨੇ ਮੈਨੂੰ ਖੜ੍ਹਾ ਕੀਤਾ ਹੋਇਆ, ਮੇਰੀ ਕੋਈ ਮਿਹਨਤ ਨਹੀਂ ਹੈ, ਰੱਬ ਮੈਨੂੰ ਇੱਥੇ ਲੈ ਕੇ ਆਇਆ, ਐਂਡ ਆਈ ਐਮ ਵੈਰੀ ਗਲੈਡ। ਬਟ ਯੈਸ, ਇਟ ਇਜ਼ ਵੈਰੀ ਡਿਫੀਕਲਟ ਟੂ ਬੀ ਇਨ ਇੰਡਸਟਰੀ ਬਿਕੋਜ਼ ਲੱਤ ਖਿੱਚਣ ਵਾਲੇ ਬਹੁਤ ਆ, ਉੱਤੇ ਲੈ ਕੇ ਜਾਣੇ ਵਾਲੇ ਹੈ ਨਹੀਂ ਇੰਨੇ।